हेलो एवरीवन, वेलकम टू विक्टर्स नॉलेज। दिस इज चीनू शर्मा। ते आज आपां एक बहुत ही इंपॉर्टेंट टॉपिक लेके आ रहे हैं, प्रेसी स्किल, संखेप रचना। ते ए टॉपिक जिहड़ा आउण वाला पंजाब सब इंस्पेक्टर का एग्जाम है, ओहदे विच अलग तो मैनशनड है पंजाबी लैंग्वेज पार्ट के अंडर। ते ए सिर्फ पंजाब सब इंस्पेक्टर लई ही नहीं, बल्कि कोई भी एग्जाम है पंजाब स्टेट नाल रिलेटेड, जिवें जुडिशरी, सिविल्स, ਸਾਰਿਆਂ ਦੇ ਵਿੱਚ ਇੱਕ ਮੇਜਰ ਸਕੋਰਿੰਗ ਪੋਰਸ਼ਨ ਹੁੰਦਾ ਹੈ ਪ੍ਰੈਸੀ ਸਕਿੱਲਸ ਦਾ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਪ੍ਰੈਸੀ ਸਕਿੱਲਸ ਦੇ ਨਾਲ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਵੀ ਸੰਖੇਪ ਰਚਨਾ, ਪ੍ਰੈਸੀ ਸਕਿੱਲ ਇਹ ਚੀਜ਼ ਹੈ ਕੀ। ਆਪਾਂ ਇਹਦੀ ਇੰਟਰੋਡਕਸ਼ਨ ਦੇਖਦੇ ਹਾਂ ਕਿ ਇਹਦੇ ਤੋਂ ਭਾਵ ਕੀ ਹੈ। ਸੋ ਸੰਖੇਪ ਰਚਨਾ ਵਾਸਤੇ ਜਿਹੜਾ ਅੰਗਰੇਜ਼ੀ ਦਾ ਆਮ ਪ੍ਰਚਲਿਤ ਸ਼ਬਦ ਹੈ ਉਹ ਹੈ ਪ੍ਰੈਸੀ। ਸੋ ਆਪਾਂ ਪ੍ਰੈਸੀ ਨੂੰ ਸੰਖੇਪ ਰਚਨਾ ਜਾਂ ਸੰਖੇਪ ਰਚਨਾ ਨੂੰ ਪ੍ਰੈਸੀ ਆਖਦੇ ਹਾਂ, ਠੀਕ ਹੈ। ਤੇ ਜਿਹੜਾ ਪ੍ਰੈਸੀ ਸ਼ਬਦ ਹੈ ਇਹਦਾ ਆਪਦੇ ਆਪ ਦੇ ਵਿੱਚ ਇੱਕ ਲਿਟਰਲ ਮੀਨਿੰਗ ਹੈ, ਇਹਦਾ ਆਪਦੇ ਆਪ ਦੇ ਵਿੱਚ ਇੱਕ ਸ਼ਬਦ ਦਾ ਇੱਕ ਮਤਲਬ ਹੈ, ਛਾਂਟੀ ਜਾਂ ਕਟੀ ਵੱਡੀ ਗੱਲ। ਕਿਸੇ ਗੱਲ ਨੂੰ, ਕਿਸੇ ਲੰਬੀ ਵੱਡੀ ਗੱਲ ਨੂੰ ਛਾਂਟ ਕੇ ਉਹਦੇ ਚੋਂ ਜਿੰਨੇ ਅੱਖਰਾਂ ਦੀ ਲੋੜ ਹੈ ਉਹਨਾਂ ਅੱਖਰਾਂ ਨਾਲ ਜਦੋਂ ਆਪਾਂ ਕਿਸੇ ਚੀਜ਼ ਨੂੰ ਆਪਾਂ ਕਿਸੇ ਸਾਹਮਣੇ ਪੇਸ਼ ਕਰਦੇ ਹਾਂ ਉਹਨੂੰ ਆਪਾਂ ਪ੍ਰੈਸੀ ਕਹਿੰਦੇ ਹਾਂ। ਮਤਲਬ ਕਿ ਜਿਹੜੇ ਬੇਲੋੜੇ, ਜਿੰਨਾ ਸ਼ਬਦਾਂ ਦੇ ਆਪਾਂ ਨੂੰ ਲੋੜ ਨਹੀਂ ਹੈ, ਆਪਾਂ ਬਾਰ ਬਾਰ ਵੈਸੀ ਗੱਲ ਨੂੰ ਵਧਾਉਣ ਦੇ ਲਈ, ਲੰਬੀ ਕਰਨ ਦੇ ਲਈ ਆਪਾਂ ਨੇ ਵਰਤੇ ਨੇ, ਉਹ ਸ਼ਬਦਾਂ ਨੂੰ ਜਦੋਂ ਆਪਾਂ ਵਿੱਚੋਂ ਕੱਢ ਕੇ ਸਿਰਫ ਮਤਲਬ ਦੇ ਸ਼ਬਦ, ਜਿੰਨਾ ਨਾਲ ਆਪਣੀ ਗੱਲ ਜਿਹੜੀ ਅਗਲੇ ਬੰਦੇ ਨੂੰ ਸਮਝ ਆ ਸਕੇ, ਉਹਨੂੰ ਆਪਾਂ ਪ੍ਰੈਸੀ ਕਹਿੰਦੇ ਹਾਂ। ਜਿਹੜੀ ਇਹ ਗੱਲ ਹੈ ਇਹ ਲਿਖਤੀ ਰੂਪ ਵਿੱਚ ਵੀ ਹੋ ਸਕਦੀ ਹੈ ਤੇ ਬੋਲ ਕੇ ਕਹੀ ਗਈ ਗੱਲ ਵੀ ਹੋ ਸਕਦੀ ਹੈ। ਸੋ ਕਿਸੇ ਲਿਖੇ ਜਾਂ ਅਣਲਿਖੇ ਮਸਾਲੇ ਦਾ ਨਿਚੋੜ ਸਾਰੇ ਬੇਲੋੜੇ ਅੰਗਾਂ ਦੀ ਛਾਂਟ ਕਰਕੇ ਹੀ ਕੱਢਿਆ ਜਾ ਸਕਦਾ ਹੈ। ਆਮ ਲਿਖਤਾਂ ਜਿਨ੍ਹਾਂ ਨੂੰ ਸਾਨੂੰ ਵਾਹ ਪੈਂਦਾ ਹੈ ਪੂਰੇ ਪੂਰੇ ਵੇਰਵੇ ਅਤੇ ਵਿਸਥਾਰ ਨਾਲ ਲਿਖੀਆਂ ਜਾਂਦੀਆਂ ਹਨ। ਕੀ ਕਹਾਣੀ, ਲੇਖ ਜਾਂ ਕਵਿਤਾ ਤੇ ਕੀ ਚਿੱਠੀ ਪੱਤਰ ਜਾਂ ਵਖਿਆਨ, ਸਾਹਿਤ ਦੇ ਹਰ ਭਾਗ ਵਿੱਚ ਸਭ ਤੋਂ ਪਹਿਲਾਂ ਇਸ ਗੱਲ ਦਾ ਖਿਆਲ ਰੱਖਿਆ ਜਾਂਦਾ ਹੈ ਕਿ ਕੇਂਦਰੀ ਖਿਆਲ ਨੂੰ ਐਸੀ ਸ਼ਕਲ ਵਿੱਚ ਪੇਸ਼ ਕੀਤਾ ਜਾਵੇ ਕਿ ਪਾਠਕ ਨੂੰ ਉਸਦੇ ਕਿਸੇ ਵਿਸਥਾਰ ਦੇ ਸਮਝਣ ਦੇ ਵਿੱਚ ਕੋਈ ਔਖ ਪ੍ਰਤੀਤ ਨਾ ਹੋਵੇ। ਸੋ ਇਹ ਲਾਈਨਾਂ ਤੋਂ ਆਪਣਾ ਕੀ ਭਾਵ ਹੈ, ਇਹਨਾਂ ਦਾ ਸਿੰਪਲ ਜਿਹਾ ਮਤਲਬ ਹੈ ਕਿ ਚਾਹੇ ਕੋਈ ਐਸੇ ਹੈ, ਕੋਈ ਚਿੱਠੀ ਪੱਤਰ ਹੈ, ਕੋਈ ਲੈਟਰ ਹੈ, ਕੋਈ ਪੋਇਮ ਹੈ, ਕਵਿਤਾ ਹੈ, ਹਰ ਚੀਜ਼ ਦੇ ਵਿੱਚੋਂ ਉਹਦਾ ਮੇਨ ਥੀਮ ਕੀ ਹੈ, ਉਸ ਕਿਸ ਵਿਸ਼ੇ ਉੱਤੇ ਪੋਇਮ ਹੈ, ਉਹ ਕਿਸ ਵਿਸ਼ੇ ਉੱਤੇ ਕਹਾਣੀ ਹੈ, ਉਹ ਸਟੋਰੀ ਕਿਸ ਵਿਸ਼ੇ ਦੇ ਉੱਤੇ ਹੈ। ਸੋ ਇਸ ਜਿਹੜਾ ਜਦੋਂ ਆਪਾਂ ਕਿਸੇ ਸ਼ਬਦਾਂ ਨੂੰ ਘਟਾ ਕੇ ਉਹਨਾਂ ਦੀ ਮੇਨ ਵਿਸ਼ੇ ਦੀ ਗੱਲ ਕਰਦੇ ਹਾਂ ਕਿ ਉਹਦੇ ਵਿੱਚ ਗੱਲ ਕਿਸ ਚੀਜ਼ ਦੀ ਕੀਤੀ ਗਈ ਹੈ, ਉਹਦਾ ਮੇਨ ਥੀਮ ਕੀ ਹੈ, ਉਸ ਥੀਮ ਨੂੰ ਆਪਾਂ ਸੰਖੇਪ ਰਚਨਾ ਕਹਿ ਦਿੰਦੇ ਹਾਂ। ਕਿਸੇ ਨੂੰ ਸ਼ੋਰਟ, ਆਸਾਨ ਤਰੀਕੇ ਦੇ ਨਾਲ ਵਿਸਥਾਰ ਦੇ ਵਿੱਚ ਸਮਝਾਉਣ ਦੇ ਲਈ ਜਿਹੜੇ ਆਪਾਂ ਅੱਖਰਾਂ ਦੀ ਵਰਤੋਂ ਕਰਦੇ ਹਾਂ ਉਹਨੂੰ ਆਪਾਂ ਪ੍ਰੈਸੀ ਸਕਿੱਲ ਕਹਿੰਦੇ ਹਾਂ। ਸੋ ਪ੍ਰੈਸੀ ਸਕਿੱਲ ਕੁਛ ਨਹੀਂ ਹੈ, ਇੱਕ ਨੋਰਮਲ ਜਿਹੜੀ ਵੱਡੀ ਲੰਬੀ ਚੌੜੀ ਗੱਲਬਾਤ ਹੈ ਉਹਨੂੰ ਛੋਟੀ ਕਰਕੇ ਪੇਸ਼ ਕਰਨਾ, ਇਸ ਕਲਾ ਨੂੰ ਆਪਾਂ, ਇਸ ਸਕਿੱਲ ਨੂੰ ਆਪਾਂ ਪ੍ਰੈਸੀ ਸਕਿੱਲ ਕਹਿੰਦੇ ਹਾਂ। ਸੋ ਆਪਾਂ ਨੇ ਇਹ ਚੀਜ਼ ਵਿੱਚ ਇਹੀ ਯਾਦ ਰੱਖਣਾ ਹੈ ਵੀ ਪ੍ਰੈਸੀ ਸਕਿੱਲ, ਸੰਖੇਪ ਰਚਨਾ ਕੀ ਹੈ, ਬੇਲੋੜੇ ਸ਼ਬਦਾਂ ਨੂੰ ਹਟਾ ਕੇ ਛਾਂਟੀ ਜਾਂ ਕਟੀ ਵੱਡੀ ਗੱਲ। ਸੋ ਆਪਸ਼ਨਸ ਦੇ ਵਿੱਚ ਤੁਹਾਨੂੰ ਐਗਜ਼ਾਮ ਦੇ ਵਿੱਚ ਇਹ MCQ 'ਚ ਆ ਸਕਦਾ ਹੈ ਵੀ ਸੰਖੇਪ ਰਚਨਾ ਤੋਂ ਕੀ ਭਾਵ ਹੈ। ਸੋ ਤੁਸੀਂ ਉਰੇ ਮੇਨ ਦੋ ਤਿੰਨ ਚੀਜ਼ਾਂ ਯਾਦ ਰੱਖਣੀਆਂ ਨੇ। ਸੋ ਹੁਣ ਬਹੁਤ ਇੰਪੋਰਟੈਂਟ ਟੌਪਿਕ ਆਉਂਦਾ ਹੈ, ਸੰਖੇਪ ਰਚਨਾ ਕਿਵੇਂ ਕਰੀਏ, ਜਿਹੜੇ ਪ੍ਰੈਸੀ ਸਕਿੱਲ ਹੈ ਇਹਨਾਂ ਦੀ ਵਰਤੋਂ ਕਿਵੇਂ ਕਰਨੀ ਹੈ, ਇਹ ਹੈ ਕੀ। ਸੋ ਆਪਣੇ ਕੋਲ ਮੇਨ ਪੰਜ ਰੂਲਸ ਆਉਂਦੇ ਨੇ, ਪੰਜ ਨਿਯਮ ਨੇ ਜਿਹੜੇ ਕਿ ਆਪਾਂ ਨੇ ਪ੍ਰੈਸੀ ਦੇ ਅੰਦਰ ਪੜ੍ਹਨੇ ਨੇ। ਪਹਿਲਾ ਹੈ ਵਨ ਵਰਡ ਸਬਸਟੀਚਿਊਟ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਜਿੱਥੇ ਆਪਾਂ ਨੂੰ ਇਹ ਲੱਗ ਰਿਹਾ ਕਿ ਜ਼ਿਆਦਾ ਸ਼ਬਦਾਂ ਦੀ ਵਰਤੋਂ ਹੋ ਰਹੀ ਹੈ ਉੱਥੇ ਇੱਕ ਸ਼ਬਦ ਨੂੰ ਵਰਤ ਕੇ ਆਪਣੀ ਗੱਲ ਨੂੰ ਛੋਟੀ ਕਰਕੇ ਪੇਸ਼ ਕਰੋ। ਦੂਜਾ, ਯੂਜ਼ ਈਡੀਅਮਸ ਐਂਡ ਫਰੇਜ਼ਿਸ, ਮੁਹਾਵਰੇ ਤੇ ਲੋਕੋਕਤੀਆਂ ਦੀ ਵਰਤੋਂ ਕਰੋ। ਜਿਵੇਂ ਕਿਸੇ ਨੇ ਕਹਿਣਾ ਹੈ ਵੀ ਰਾਮ ਆਪਣੀ ਮਾਤਾ ਨੂੰ ਬਹੁਤ ਪਿਆਰਾ ਹੈ, ਰਾਮ ਦੀ ਮਾਤਾ ਉਹਦੇ ਤੋਂ ਬਿਨਾਂ ਰਹਿ ਨਹੀਂ ਸਕਦੀ। ਇਹ ਦੋ ਲਾਈਨਸ ਹੋ ਗਈਆਂ, ਕੰਪਲੈਕਸ ਸੈਂਟੈਂਸ ਹੋ ਗਿਆ। ਇਹਨੂੰ ਜੇ ਆਪਾਂ ਨੇ ਸੌਖੇ ਤਰੀਕੇ ਛੋਟੇ ਘੱਟ ਅੱਖਰਾਂ 'ਚ ਪੇਸ਼ ਕਰਨਾ ਹੈ ਤਾਂ ਆਪਾਂ ਉਰੇ ਕਹਿ ਸਕਦੇ ਹਾਂ ਰਾਮ ਆਪਣੀ ਮਾਤਾ ਦੀ ਅੱਖਾਂ ਦਾ ਤਾਰਾ ਹੈ। ਸੋ ਇਹ ਬਹੁਤ ਸਿੰਪਲ ਸਰਲ ਸ਼ਬਦਾਂ ਦੇ ਵਿੱਚ ਆਪਾਂ ਆਪਣੀ ਗੱਲ ਨੂੰ ਪੇਸ਼ ਕਰ ਸਕਦੇ ਹਾਂ। ਇਹਨੂੰ ਹੀ ਪ੍ਰੈਸੀ ਸਕਿੱਲ ਕਹਿੰਦੇ ਨੇ ਕਿ ਸੰਖੇਪ ਰਚਨਾ ਕਰਨ ਦੇ ਕਿਹੜੇ ਕਿਹੜੇ ਤਰੀਕੇ ਨੇ। ਤੀਜਾ ਤਰੀਕਾ ਹੈ, ਤੀਜਾ ਰੂਲ ਹੈ ਜਿਹੜਾ ਫੋਲੋ ਕਰਨਾ ਹੈ, ਡੂ ਨਾਟ ਫੋਕਸ ਔਨ ਫੈਂਸੀ ਵਰਡ। ਜਿੰਨੇ ਵੀ ਪੈਰੇ ਦੇ ਵਿੱਚ ਸਜਾਵਟੀ ਅੱਖਰ ਨੇ, ਬਨਾਵਟੀ ਅੱਖਰ ਨੇ, ਟਫ ਵਰਡਸ ਨੇ, ਉਹਨਾਂ ਨੂੰ ਇਗਨੋਰ ਕਰੋ।
ਸੌਖੀ ਸਰਲ ਤਰੀਕੇ ਦੇ ਵਿੱਚ ਆਪਣੀ ਗੱਲ ਨੂੰ ਘੱਟ ਤੋਂ ਘੱਟ ਸ਼ਬਦਾਂ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰੋ। ਚੌਥਾ ਰੂਲ ਆਉਂਦਾ ਹੈ ਮੇਕ ਕਮਿਊਨੀਕੇਸ਼ਨ ਸ਼ੋਰਟਰ। ਜਿਵੇਂ ਕਿਸੇ ਦੀ ਪੈਰੇ ਦੇ ਵਿੱਚ ਕੋਈ ਵਾਰਤਾਲਾਪ ਹੋ ਰਹੀ ਹੈ, ਜਿਵੇਂ ਕੋਈ ਕਹਿ ਰਿਹਾ ਕਿ ਮਾਸਟਰ ਤਾਰਾ ਸਿੰਘ ਨੇ ਮੋਹਨ ਨੂੰ ਕਿਹਾ ਕਿ ਜਾ ਕੇ ਸਕੂਲ ਦੇ ਵਿੱਚੋਂ ਕਿਤਾਬਾਂ ਚੱਕ ਕੇ ਲੈ ਕੇ ਆ, ਸੋ ਇਹ ਚੀਜ਼ ਨੂੰ ਆਪਾਂ ਨੇ ਸਭ ਤੋਂ ਪਹਿਲਾਂ ਆਪਣੇ ਪੈਰੇ 'ਚੋਂ ਕੀ ਚੱਕਣਾ ਹੈ ਵੀ ਕਿੱਥੇ ਕਿੱਥੇ ਕਮਿਊਨੀਕੇਸ਼ਨ ਹੋਈ ਹੈ, ਇਹਨੂੰ ਆਪਾਂ ਨੇ ਸ਼ਾਰਟ ਕਰਨ ਦੀ ਕੋਸ਼ਿਸ਼ ਕਰਨੀ ਹੈ। ਉਰੇ ਆਪਾਂ ਲੈ ਕੇ ਆ ਸਕਦੇ ਹਾਂ ਕਿ ਮਾਸਟਰ ਤਾਰਾ ਸਿੰਘ ਜੀ ਨੇ ਮੋਹਨ ਨੂੰ ਆਦੇਸ਼ ਦਿੱਤਾ। ਸੋ ਐਵੇਂ ਦੀਆਂ ਚੀਜ਼ਾਂ ਆਪਾਂ ਥੋੜ੍ਹੇ ਜਿਹੇ ਚਾਹੇ ਇੱਕ ਦੋ ਵਰਡ ਵੀ ਜੇ ਆਪਾਂ ਘਟਾਉਣ ਲੱਗਾਂਗੇ ਤਾਂ ਓਵਰਆਲ ਆਪਣੀ ਜਿਹੜੀ ਸੰਖੇਪ ਰਚਨਾ ਉਹ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਮਿਲੂਗੀ। ਸੋ ਇਹ ਰੂਲਸ ਆਪਾਂ ਨੇ ਦਿਮਾਗ 'ਚ ਰੱਖਣੇ ਨੇ ਜਦੋਂ ਵੀ ਆਪਾਂ ਸੰਖੇਪ ਰਚਨਾ ਕਰਦੇ ਹਾਂ। ਲਾਸਟ ਰੂਲ ਆਉਂਦਾ ਲੀਵ ਰੈਪੀਟੇਟਿਵ ਥਿੰਗ। ਜਿਹੜੀਆਂ ਗੱਲਾਂ ਬਾਰ ਬਾਰ ਦੁਹਰਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਛੱਡ ਦਿਓ। ਇੱਕ ਗੱਲ ਨੂੰ ਇੱਕ ਵਾਰ ਹੀ ਲਿਖਣਾ ਤੁਸੀਂ, ਕਿਸੇ ਵੀ ਗੱਲ ਨੂੰ ਰਿਪੀਟ ਨਹੀਂ ਕਰਨਾ। ਚਾਹੇ ਉਹ ਗੱਲ ਪੈਰਿਸ 10 ਵਾਰੀ ਰਿਪੀਟ ਹੋਈ ਹੈ, ਤੁਸੀਂ ਨਾਮ, ਕੋਈ ਜਗ੍ਹਾ ਦਾ ਨਾਮ ਹੈ ਜਾਂ ਕੋਈ ਕੰਮ ਹੈ, ਕੋਈ ਕਿਰਿਆ, ਇਹ ਸਾਰੀਆਂ ਚੀਜ਼ਾਂ ਨੂੰ ਵੀ ਤੁਸੀਂ ਘੱਟ ਤੋਂ ਘੱਟ ਸ਼ਬਦਾਂ ਦੇ ਵਿੱਚ ਇੱਕ ਹੀ ਵਾਰੀ 'ਚ ਤੁਸੀਂ ਗੱਲ ਮੁਕਾਉਣੀ ਹੈ। ਇਹੀ ਮੇਨ ਸਕਿੱਲ ਹੈ ਪ੍ਰੈਸੀ ਦਾ। ਉਸ ਤੋਂ ਬਾਅਦ ਹੁਣ ਆਪਾਂ ਨੇ ਰੂਲ ਦੇਖ ਲਏ ਵੀ ਆਪਣੇ ਪ੍ਰੈਸੀ ਜਦੋਂ ਆਪਾਂ ਨੇ ਕਿਸੇ ਵੀ ਪੈਰੇ ਨੂੰ ਛੋਟਾ ਕਰਕੇ ਲਿਖਣਾ, ਕਿਸੇ ਗੱਲ ਨੂੰ, ਕਿਸੇ ਦੀ ਵਾਰਤਾਲਾਪ ਨੂੰ, ਕਿਸੇ ਕਹਾਣੀ ਨੂੰ, ਪੋਇਮ ਨੂੰ ਛੋਟਾ ਕਰਕੇ ਪੇਸ਼ ਕਰਨਾ, ਤਾਂ ਆਪਾਂ ਉਹਦੇ ਵਿੱਚ 5 ਚੀਜ਼ਾਂ ਦਾ ਧਿਆਨ ਰੱਖ ਕੇ ਚੱਲਾਂਗੇ। ਸੋ ਇਹ 5 ਰੂਲਸ, ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ। ਅਤੇ ਇੱਕ ਹੋਰ ਮੇਨ ਚੀਜ਼, ਜਦੋਂ ਆਪਾਂ ਕਿਸੇ ਪੈਰੇ ਨੂੰ ਛੋਟਾ ਕਰਦੇ ਹਾਂ, ਉਹਦੀ ਸੰਖੇਪ ਰਚਨਾ ਕਰਦੇ ਹਾਂ, ਤਾਂ ਉਹਨੂੰ ਇੱਕ ਢੁੱਕਵਾਂ ਸਿਰਲੇਖ ਵੀ ਦੇਣਾ ਜ਼ਰੂਰੀ ਹੈ, ਉਹਨੂੰ ਇੱਕ ਰਾਈਟ ਟਾਈਟਲ ਵੀ ਦੇਣਾ ਜ਼ਰੂਰੀ ਹੈ। ਸੋ ਸਭ ਤੋਂ ਪਹਿਲਾਂ ਆਪਾਂ ਇੱਕ ਟਾਈਟਲ ਦੇਵਾਂਗੇ, ਉਸ ਤੋਂ ਬਾਅਦ ਨੀਚੇ ਆਪਾਂ ਜਿੰਨੇ ਵੀ ਵਰਡਸ ਬਣਦੇ ਨੇ ਉਹਨੇ ਵਰਡਸ ਦੇ ਵਿੱਚ ਆਪਾਂ ਉਸ ਪੈਰੇ ਦੀ ਜਿਹੜੀ ਪ੍ਰੈਸੀ ਹੈ ਉਹ ਕਰਾਂਗੇ। ਸੋ ਇੱਕ ਹੋਰ ਇੰਪੋਰਟੈਂਟ ਉਰੇ ਫਾਰਮੂਲਾ ਆਉਂਦਾ ਜਿਹਨੂੰ ਆਪਾਂ 1/3 ਫਾਰਮੂਲਾ ਕਹਿੰਦੇ ਹਾਂ। ਇਹ ਬਹੁਤ ਹੀ ਜ਼ਿਆਦਾ, ਮਤਲਬ ਜੇ ਤੁਸੀਂ 1/3 ਫਾਰਮੂਲਾ ਯੂਜ਼ ਕਰ ਲਿਆ, ਤੁਹਾਡੀ ਅੱਧੀ ਟੈਨਸ਼ਨ ਖਤਮ ਹੋ ਜੂਗੀ ਪ੍ਰੈਸੀ ਦੀ। 1/3 ਫਾਰਮੂਲਾ ਦਾ ਕੀ ਮਤਲਬ ਹੈ? ਸਪੋਜ਼ ਕਰੋ ਪੈਰੇ ਦੇ ਵਿੱਚ 300 ਵਰਡ ਨੇ, ਤੁਸੀਂ 1/3 ਫਾਰਮੂਲਾ, 300 ਦਾ ਤੀਜਾ ਹਿੱਸਾ ਕਿੰਨਾ ਬਣਿਆ? 100। ਤੁਸੀਂ 100 ਵਰਡਸ ਦੇ ਵਿੱਚ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਪੈਰੇ ਨੂੰ ਲਿਖੋ। ਸੋ ਇਹ ਬੈਸਟ ਰੂਲ ਹੁੰਦਾ, ਜੇ ਤੁਸੀਂ ਜ਼ਿਆਦਾ ਮਾਰਕਸ ਸਕੋਰ ਕਰਨੇ ਹੈ ਪ੍ਰੈਸੀ ਦੇ ਵਿੱਚ, ਤਾਂ ਕੋਸ਼ਿਸ਼ ਕਰੋ ਵੀ ਵਰਡ ਲਿਮਿਟ ਹੈ ਜਿਹੜੀ ਉਹ ਜ਼ਰੂਰੀ ਨਹੀਂ ਕਿ ਐਗਜੈਕਟ 100 ਹੋਵੇ, 99 ਹੋ ਸਕਦੇ ਨੇ, 101 ਹੋ ਸਕਦੇ ਨੇ, ਪਰ ਤੁਸੀਂ 1/3 ਦੇ ਆਲੇ ਦੁਆਲੇ ਹੀ ਰਹਿਣਾ। ਤੁਸੀਂ 150 ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਉਹ ਹਾਫ ਹੋ ਜੂਗਾ, 50 ਨਾ ਕਰੋ। ਸੋ ਤੁਸੀਂ ਟਰਾਈ ਕਰੋ ਕਿ 1/3 ਦੇ ਆਲੇ ਦੁਆਲੇ ਹੀ ਰਹੋ, 2 ਵਰਡ ਉੱਪਰ ਨੀਚੇ ਹੋ ਸਕਦੇ ਨੇ। ਸੋ ਹੁਣ ਆਪਾਂ ਇੱਕ ਐਕਸਰਸਾਈਜ਼ ਕਰਕੇ ਦੇਖਾਂਗੇ ਜਿਹਦੇ ਤੋਂ ਆਪਾਂ ਨੂੰ ਪਤਾ ਚੱਲ ਜੂਗਾ ਵੀ ਕਿਵੇਂ ਆਪਾਂ ਨੇ ਸੰਖੇਪ ਰਚਨਾ ਕਰਨੀ ਹੈ, ਕਿਸ ਤਰ੍ਹਾਂ ਦਾ ਆਪਣੇ ਕੋਲ ਸਿਰਲੇਖ ਹੋਊਗਾ। ਸੋ ਐਗਜ਼ਾਮ ਦੇ ਵਿੱਚ ਹੁਣ ਆਪਾਂ ਉਰੇ ਸਪੈਸੀਫਿਕਲੀ ਸਬ ਇੰਸਪੈਕਟਰ ਜਿਵੇਂ ਐਗਜ਼ਾਮ ਆਉਣ ਵਾਲਾ ਉਹਦੀ ਗੱਲ ਕਰਦੇ ਹਾਂ ਕਿਉਂਕਿ ਉਹਦੇ ਵਿੱਚ ਅਲੱਗ ਤੋਂ ਟੋਪਿਕ ਦਿੱਤਾ ਹੋਇਆ ਹੈ। ਪੇਪਰ ਦੇ ਵਿੱਚ ਆਪਾਂ ਨੂੰ 3-4 ਤਰ੍ਹਾਂ ਦੇ ਨਾਲ ਕੁਐਸਚਨ ਆ ਸਕਦਾ। ਪਹਿਲਾ ਸਿੱਧਾ ਪੁੱਛਿਆ ਹੋਊ ਸੰਖੇਪ ਰਚਨਾ ਤੋਂ ਕੀ ਭਾਵ ਹੈ, 3-4 ਆਪਸ਼ਨ ਦਿੱਤੀਆਂ ਹੋਣਗੀਆਂ, ਜਾਂ ਪ੍ਰੈਸੀ ਨੂੰ ਪੰਜਾਬੀ 'ਚ ਕੀ ਕਹਿੰਦੇ ਨੇ, ਜਾਂ ਸੰਖੇਪ ਰਚਨਾ ਦਾ ਇੰਗਲਿਸ਼ ਵਰਡ ਕੀ ਹੈ। ਤੀਜੇ ਨੰਬਰ 'ਤੇ ਤੁਹਾਨੂੰ ਇੱਕ ਪੈਰਾ ਦਿੱਤਾ ਹੋ, ਜਿਵੇਂ ਇਹ ਪੈਰਾ ਦਿੱਤਾ ਹੋਇਆ, 4 ਆਪਸ਼ਨਸ ਹੋਣਗੀਆਂ, ਜਿਹੜੀ ਸਭ ਤੋਂ ਤੁਹਾਨੂੰ ਲੱਗੂਗਾ ਕਿ ਸਹੀ ਘੱਟ ਸ਼ਬਦਾਂ ਦੇ ਵਿੱਚ ਪੈਰੇ ਦਾ ਮਤਲਬ ਕੱਢ ਕੇ ਆਪਸ਼ਨ ਨਿਕਲ ਰਹੀ ਹੈ, ਉਹ ਤੁਸੀਂ ਆਪਸ਼ਨ ਟਿੱਕ ਕਰਨੀ ਹੋਊਗੀ। ਸਿੱਧੀ ਸਿੱਧੀ ਸੰਖੇਪ ਰਚਨਾ ਆਪਸ਼ਨ 'ਚ ਹੋਊਗੀ, ਜਾਂ ਫਿਰ ਤੁਹਾਡੇ ਤੋਂ ਸਿਰਫ ਔਰ ਸਿਰਫ ਟਾਈਟਲ ਪੁੱਛਿਆ ਜਾ ਸਕਦਾ ਕਿ ਇਸ ਪੈਰੇ ਦਾ ਢੁੱਕਵਾਂ ਸਿਰਲੇਖ ਕੀ ਹੈ। ਸੋ ਆਪਾਂ ਨੇ ਮੇਨ ਇਹ 4 ਤਰ੍ਹਾਂ ਤੋਂ ਆਪਣਾ ਮਾਇੰਡ ਪ੍ਰਿਪੇਅਰ ਕਰਨਾ ਇਸ ਟੋਪਿਕ ਨੂੰ ਲੈ ਕੇ। ਸੋ ਹੁਣ ਆਪਾਂ ਇਸ ਪੈਰੇ ਨੂੰ ਪੜ੍ਹਦੇ ਹਾਂ ਅਤੇ ਫਿਰ ਦੇਖਦੇ ਹਾਂ ਵੀ ਕਿਵੇਂ ਇਹਦੀ ਸੰਖੇਪ ਰਚਨਾ ਕੀਤੀ ਜਾ ਸਕਦੀ ਹੈ। ਸੰਗੀਤ ਦਾ ਅਸਰ ਹਿੰਸਕ ਅਤੇ ਜੰਗਲੀ ਪਸ਼ੂਆਂ ਤੋਂ ਵੀ ਹੋ ਜਾਂਦਾ ਹੈ, ਇੱਥੋਂ ਤੱਕ ਕਿ ਵਛੇਰੇ ਜੇ ਇੱਧਰ ਉੱਧਰ ਦੁੜੰਗੇ ਮਾਰਦੇ ਹਿਣ ਹਿਣਾਉਂਦੇ ਫਿਰਦੇ ਹੋਣ, ਸੰਗੀਤ ਦੀ ਧੁਨ ਸੁਣ ਕੇ ਚੁੱਪ ਚਾਪ ਖੜ੍ਹੇ ਹੋ ਜਾਂਦੇ ਹਨ। ਸੰਗੀਤ ਦੀ ਮਿੱਠੀ ਸ਼ਕਤੀ ਨਾਲ ਉਹਨਾਂ ਦੀਆਂ ਅੱਖਾਂ ਵਿੱਚ ਖੁਮਾਰੀ ਆ ਜਾਂਦੀ ਹੈ। ਇਸ ਲਈ ਤਾਂ ਕਿਸੇ ਕਵੀ ਨੇ ਕਲਪਨਾ ਕੀਤੀ ਹੈ ਕਿ ਆਰਫੀਅਸ ਦੇ ਸੰਗੀਤ ਦਾ ਅਸਰ ਬਿਰਛਾਂ, ਪਹਾੜਾਂ, ਸਮੁੰਦਰਾਂ 'ਤੇ ਵੀ ਹੋ ਜਾਂਦਾ ਸੀ। ਕੋਈ ਵੀ ਵਿਅਕਤੀ ਭਾਵੇਂ ਉਹ ਕਿੰਨਾ ਹੀ ਜ਼ਾਲਮ, ਪੱਥਰ ਦਿਲ 'ਤੇ ਗੁਸੈਲ ਹੋਵੇ, ਸੰਗੀਤ ਦਾ ਅਸਰ ਉਸ 'ਤੇ ਜ਼ਰੂਰ ਹੁੰਦਾ ਹੈ। ਇੱਥੋਂ ਤੱਕ ਕਿ ਸੰਗੀਤ ਉਸਦਾ ਸੁਭਾਅ ਹੀ ਬਦਲ ਦਿੰਦਾ ਹੈ। ਜਿਸ ਆਦਮੀ ਦਾ ਹਿਰਦਾ ਸੰਗੀਤ ਤੋਂ ਖਾਲੀ ਹੋ ਜਾਂਦਾ ਹੈ, ਜਾਂ ਜਿਸ 'ਤੇ ਸੰਗੀਤ ਦੀਆਂ ਮਿੱਠੀਆਂ ਧੁਨਾਂ ਦਾ ਅਸਰ ਨਹੀਂ ਹੁੰਦਾ, ਉਹ ਖਤਰਨਾਕ ਹੁੰਦਾ ਹੈ। ਉਹ ਗੱਦਾਰੀ, ਧੋਖਾ ਅਤੇ ਲੁੱਟ ਮਾਰ ਕੁਛ ਵੀ ਕਰ ਸਕਦਾ ਹੈ,
ਉਹ ਇੱਕ ਜੜ ਪੱਥਰ ਹੈ ਜਿਸ ਵਿੱਚ ਨਾ ਤਾਂ ਕੋਈ ਮਹਿਸੂਸ ਸ਼ਕਤੀ ਹੈ ਨਾ ਹੀ ਕੋਈ ਭਾਵਨਾ। ਅਜਿਹੇ ਵਿਅਕਤੀ ਤੇ ਕਦੇ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਸੋ ਇਸ ਪੈਰੇ ਤੋਂ ਸਭ ਤੋਂ ਪਹਿਲਾਂ ਜਿਹੜਾ ਇੰਪੋਰਟੈਂਟ ਵਰਡ ਨਿਕਲ ਕੇ ਆਉਂਦਾ ਉਹ ਹੈ ਸੰਗੀਤ ਤੇ ਸੰਗੀਤ ਦਾ ਅਸਰ। ਆਪਾਂ ਨੂੰ ਪਤਾ ਚੱਲ ਰਿਹਾ ਕਿ ਇਸ ਪੈਰੇ 'ਚ ਆਪਾਂ ਕੀ ਪੜ੍ਹ ਰਹੇ ਹਾਂ ਵੀ ਸੰਗੀਤ ਦਾ ਇਨਸਾਨ ਤੇ ਕਿਵੇਂ ਅਸਰ ਹੁੰਦਾ, ਕਿਹੜੇ ਇਨਸਾਨ ਨੇ ਜਿਵੇਂ ਕਿ ਕੋਈ ਸੌਫਟ ਹਾਰਟਡ ਲੋਕ ਨੇ ਜਿਹੜੇ ਕਿ ਸੰਗੀਤ ਦੇ ਅਸਰ ਜਿਨ੍ਹਾਂ 'ਤੇ ਹੁੰਦਾ, ਜਾਂ ਕੋਈ ਜਿਵੇਂ ਉਹਨੇ ਕਿਹਾ ਗਿਆ ਕੋਈ ਕੋਈ ਗੁੱਸੈਲ ਆਦਮੀ ਹੈ, ਕੋਈ ਲੁੱਟਮਾਰ ਗੱਦਾਰੀ ਵਾਲਾ ਆਦਮੀ ਹੈ ਜਿਹਦੇ ਉੱਤੇ ਕਿ ਸੰਗੀਤ ਦਾ ਅਸਰ ਨਹੀਂ ਹੁੰਦਾ। ਸੋ ਦੋ ਤਰ੍ਹਾਂ ਦੇ ਇਨਸਾਨਾਂ ਦੀ ਗੱਲ ਕੀਤੀ ਗਈ ਹੈ, ਮੇਨ ਇਹ ਚੀਜ਼ ਆਪਾਂ ਇਹਦੇ 'ਚੋਂ ਕੱਢ ਲਈ ਅਤੇ ਨਾਲ ਹੀ ਆਪਾਂ ਨੇ ਸਟਾਰਟਿੰਗ ਵਿੱਚੋਂ ਇਹਦੇ 'ਚੋਂ ਕੱਢ ਲਿਆ ਵੀ ਜਿਹੜੀ ਸੰਗੀਤ ਹੈ ਉਹਦੇ ਨਾਲ ਜਾਨਵਰਾਂ 'ਤੇ, ਕੋਈ ਆਪਣੇ ਪਹਾੜ ਨੇ, ਸਮੁੰਦਰ ਨੇ, ਹਰ ਚੀਜ਼ 'ਤੇ ਅਸਰ ਹੁੰਦਾ ਸੰਗੀਤ ਦਾ। ਸੋ ਇਹ ਤਿੰਨ ਚਾਰ ਚੀਜ਼ਾਂ ਆਪਾਂ ਨੇ ਇੰਨੇ ਵੱਡੇ ਪੈਰੇ ਦੇ ਵਿੱਚੋਂ ਕੱਢ ਲਈਆਂ। ਸੋ ਹੁਣ ਆਪਾਂ ਇਹਦਾ ਦੇਖਦੇ ਹਾਂ ਇਹਦੀ ਸੰਖੇਪ ਰਚਨਾ ਕਿਵੇਂ ਹੋਊਗੀ। ਸਭ ਤੋਂ ਪਹਿਲਾਂ ਇਹਦਾ ਸਿਰਲੇਖ, ਸਭ ਤੋਂ ਆਸਾਨ ਸਿੱਧਾ ਸਾਦਾ ਸਿਰਲੇਖ ਇਹਦਾ ਸੰਗੀਤ। ਇਹ ਬਹੁਤ ਹੀ ਆਸਾਨ ਸੀ ਇਹਨੂੰ ਲੱਭਣਾ, ਸੰਗੀਤ। ਸੰਗੀਤ ਦਾ ਅਸਰ ਵੀ ਆਪਾਂ ਦੇ ਸਕਦੇ ਹਾਂ ਜਾਂ ਸੰਗੀਤ। ਹੁਣ ਇਹਦੀ ਸੰਖੇਪ ਰਚਨਾ, ਸੰਗੀਤ ਦਾ ਅਸਰ ਜੰਗਲੀ ਤੇ ਹਿੰਸਕ ਪਸ਼ੂਆਂ ਤੇ ਵੀ ਹੋ ਜਾਂਦਾ ਹੈ। ਉਹ ਸੰਗੀਤ ਦੀ ਧੁਨ ਸੁਣ ਕੇ ਮਸਤ ਹੋ ਕੇ ਖਲੋ ਜਾਂਦੇ ਹਨ। ਆਰਫੀਅਸ ਦੇ ਸੰਗੀਤ ਦਾ ਅਸਰ ਬਿਰਛਾਂ, ਪਹਾੜਾਂ ਤੇ ਸਮੁੰਦਰਾਂ ਤੇ ਵੀ ਹੋ ਜਾਂਦਾ ਸੀ। ਜਿਸ ਦਾ ਮਨ ਸੰਗੀਤ ਤੋਂ ਸੱਖਣਾ ਹੈ ਉਹ ਖਤਰਨਾਕ ਹੁੰਦਾ ਹੈ, ਉਸ ਤੇ ਕਦੇ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਸੇ ਬਹੁਤ ਹੀ ਜ਼ਿਆਦਾ ਸਰਲ ਸ਼ਬਦਾਂ ਦੇ ਵਿੱਚ ਪੂਰੀ ਗੱਲ ਨੂੰ ਕਹਿਤਾ। ਉਰੇ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜਿਹੜੇ ਇਨਸਾਨ ਦੇ ਉੱਤੇ ਸੰਗੀਤ ਦਾ ਅਸਰ ਹੁੰਦਾ ਹੈ ਉਹਦੀ ਗੱਲ ਕਿਉਂ ਨਹੀਂ ਕੀਤੀ, ਕਿਉਂਕਿ ਉਰੇ ਜਿਹੜੀ ਆਪਾਂ ਨੇ ਆਹ ਗੱਲ ਕੀਤੀ ਹੈ ਵੀ ਜਿਸਦਾ ਮਨ ਸੰਗੀਤ ਤੋਂ ਸੱਖਣਾ ਹੈ ਉਹ ਖਤਰਨਾਕ ਹੈ, ਇਹਦੇ ਵਿੱਚ ਹੀ ਦੂਜੀ ਗੱਲ ਆਪਣੇ ਆਪ ਆਪਾਂ ਨੂੰ ਆਟੋਮੈਟਿਕਲੀ ਨਿਕਲ ਆਉਂਦੀ ਹੈ ਵੀ ਜਿਹਦੇ ਉੱਤੇ ਅਸਰ ਕਰਦਾ ਉਹ ਬੰਦਾ ਖਤਰਨਾਕ ਨਹੀਂ ਹੈ, ਉਹ ਵਧੀਆ ਸੌਫਟ ਹਾਰਟਡ ਇਨਸਾਨ ਹੈ। ਸੋ ਆਪਾਂ ਨੂੰ ਰਿਪੀਟ ਕਰਨ ਦੀ ਜ਼ਰੂਰਤ ਨਹੀਂ ਹੈ। ਜਿਹੜੀ ਗੱਲ ਆਪਾਂ ਨੂੰ ਇੱਕ ਹੀ ਲਾਈਨ ਦੇ ਵਿੱਚੋਂ ਸਮਝ ਆ ਰਹੀ ਹੈ ਉਹਨੂੰ ਆਪਾਂ ਨੂੰ ਦੁਬਾਰਾ ਤੋਂ ਅਲੱਗ ਲਾਈਨ ਦਾ ਰੂਪ ਦੇ ਕੇ ਜ਼ਿਆਦਾ ਅੱਖਰ ਵਧਾ ਕੇ ਪੇਸ਼ ਕਰਨ ਦੀ ਲੋੜ ਨਹੀਂ ਹੈ। ਸੋ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ ਕਿ ਸੰਖੇਪ ਰਚਨਾ ਕਿਵੇਂ ਕਰਨੀ ਹੈ। ਸੋ ਇਹ ਸੀ ਆਪਣੀ ਪ੍ਰੈਸਿਸ ਸਕਿੱਲਸ। ਆਈ ਹੋਪ ਯੂ ਅੰਡਰਸਟੂਡ ਦਾ ਟੋਪਿਕ ਵੈਲ। ਅਤੇ ਨੈਕਸਟ ਇਸ ਤੋਂ ਬਾਅਦ ਮੈਂ ਪੰਜਾਬੀ ਲੈਂਗੁਏਜ ਦੇ ਹੋਰ ਵੀ ਸਾਰੇ ਟੋਪਿਕਸ ਕਵਰ ਕਰਨ ਦੀ ਕੋਸ਼ਿਸ਼ ਕਰੂੰਗੀ। ਸੋ ਪਲੀਜ਼ ਕੀਪ ਸਪੋਰਟਿੰਗ ਐਂਡ ਸਬਸਕ੍ਰਾਈਬ ਟੂ ਮਾਈ ਚੈਨਲ। ਥੈਂਕ ਯੂ।